ਆ ਦੇਖੋ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਕਿਵੇਂ ਇਹ ਟਰੱਕ ਫਸ ਜਾਂਦਾ ਹੈ। ਤਾਂ ਦੱਸ ਦਈਏ ਕਿ ਭਾਰੀ ਮੀਂਹ ਤੋਂ ਬਾਅਦ ਇਹ ਤਬਾਹੀ ਦਾ ਮੰਜ਼ਰ ਆਇਆ ਜਿਸ ਦੇ ਵਿੱਚ ਇਹ ਟਰੱਕ ਫਸ ਜਾਂਦਾ ਹੈ। ਤਾਂ ਟਰੱਕ ਦੇ ਚਾਲਕ ਦਾ ਕੋਈ ਵੀ ਪਤਾ ਨਹੀਂ ਲੱਗਿਆ। ਤਾਂ ਕਾਫੀ ਸਮੇਂ ਤੋਂ ਇਹ ਟਰੱਕ ਹੈ ਜਿਹੜਾ ਪਾਣੀ ਦੇ ਵਿੱਚ ਹੀ ਫਸਿਆ ਰਹਿੰਦਾ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਾਰੀ ਮੀਂਹ ਤੋਂ ਬਾਅਦ ਇਹ ਪਾਣੀ ਖੜ ਜਾਂਦਾ ਹੈ ਤੇ ਸੜਕ ਬਿਲਕੁਲ ਦਰਿਆ ਬਣ ਜਾਂਦੀ ਹੈ। ਤਾਂ ਸੜਕ ਦੇ ਵਿੱਚ ਇਹ ਟਰੱਕ ਕਾਫੀ ਸਮੇਂ ਤੱਕ ਫਸਿਆ ਰਹਿੰਦਾ, ਜਿਸ ਦੀ ਕਿ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਗੁਜਰਾਤ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਭਾਰੀ ਮੀਂਹ ਤੋਂ ਬਾਅਦ ਲਗਾਤਾਰ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ, ਜਿਸ ਤੋਂ ਬਾਅਦ ਤਬਾਹੀ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਤਾਂ ਇਸੇ ਦੌਰਾਨ ਇਹ ਟਰੱਕ ਵੀ ਸੀ ਜਿਹੜਾ ਪਾਣੀ ਦੇ ਵਿੱਚ ਫਸ ਜਾਂਦਾ, ਜੋ ਕਿ ਕਾਫੀ ਸਮੇਂ ਤੱਕ ਉੱਥੇ ਹੀ ਖੜਿਆ ਰਹਿੰਦਾ। ਤਾਂ ਹਾਲੇ ਤੱਕ ਇਸਦੇ ਚਾਲਕ ਦਾ ਵੀ ਨਹੀਂ ਪਤਾ ਲੱਗ ਸਕਿਆ। ਤਾਂ ਦੱਸ ਦਈਏ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਇਸ ਦੇ ਵਿੱਚ ਜਾ ਕੇ ਵੀ ਟਰੱਕ ਨੂੰ ਨਹੀਂ ਕੱਢਿਆ ਜਾ ਸਕਿਆ। ਤਾਂ ਕਾਫੀ ਸਮੇਂ ਤੱਕ ਇਹ ਟਰੱਕ ਉੱਥੇ ਹੀ ਫਸਿਆ ਰਹਿੰਦਾ। ਤਾਂ ਭਾਰੀ ਮੀਂਹ ਤੋਂ ਬਾਅਦ ਗੁਜਰਾਤ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਨੇ। ਆ ਦੇਖੋ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਕਿਵੇਂ ਇਹ ਟਰੱਕ ਫਸ ਜਾਂਦਾ ਹੈ। ਤਾਂ ਦੱਸ ਦਈਏ ਕਿ ਭਾਰੀ ਮੀਂਹ ਤੋਂ ਬਾਅਦ ਇਹ ਤਬਾਹੀ ਦਾ ਮੰਜ਼ਰ ਆਇਆ ਜਿਸ ਦੇ ਵਿੱਚ ਇਹ ਟਰੱਕ ਫਸ ਜਾਂਦਾ ਹੈ। ਤਾਂ ਟਰੱਕ ਦੇ ਚਾਲਕ ਦਾ ਕੋਈ ਵੀ ਪਤਾ ਨਹੀਂ ਲੱਗਿਆ। ਤਾਂ ਕਾਫੀ ਸਮੇਂ ਤੋਂ ਇਹ ਟਰੱਕ ਹੈ ਜਿਹੜਾ ਪਾਣੀ ਦੇ ਵਿੱਚ ਹੀ ਫਸਿਆ ਰਹਿੰਦਾ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਾਰੀ ਮੀਂਹ ਤੋਂ ਬਾਅਦ ਇਹ ਪਾਣੀ ਖੜ ਜਾਂਦਾ ਹੈ ਤੇ ਸੜਕ ਬਿਲਕੁਲ ਦਰਿਆ ਬਣ ਜਾਂਦੀ ਹੈ। ਤਾਂ ਸੜਕ ਦੇ ਵਿੱਚ ਇਹ ਟਰੱਕ ਕਾਫੀ ਸਮੇਂ ਤੱਕ ਫਸਿਆ ਰਹਿੰਦਾ, ਜਿਸ ਦੀ ਕਿ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਗੁਜਰਾਤ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਭਾਰੀ ਮੀਂਹ ਤੋਂ ਬਾਅਦ ਲਗਾਤਾਰ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ, ਜਿਸ ਤੋਂ ਬਾਅਦ ਤਬਾਹੀ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਤਾਂ ਇਸੇ ਦੌਰਾਨ ਇਹ ਟਰੱਕ ਵੀ ਸੀ ਜਿਹੜਾ ਪਾਣੀ ਦੇ ਵਿੱਚ ਫਸ ਜਾਂਦਾ, ਜੋ ਕਿ ਕਾਫੀ ਸਮੇਂ ਤੱਕ ਉੱਥੇ ਹੀ ਖੜਿਆ ਰਹਿੰਦਾ। ਤਾਂ ਹਾਲੇ ਤੱਕ ਇਸਦੇ ਚਾਲਕ ਦਾ ਵੀ ਨਹੀਂ ਪਤਾ ਲੱਗ ਸਕਿਆ। ਤਾਂ ਦੱਸ ਦਈਏ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਇਸਦੇ ਵਿੱਚ ਜਾ ਕੇ ਵੀ ਟਰੱਕ ਨੂੰ ਨਹੀਂ ਕੱਢਿਆ ਜਾ ਸਕਿਆ। ਤਾਂ ਕਾਫੀ ਸਮੇਂ ਤੱਕ ਇਹ ਟਰੱਕ ਉੱਥੇ ਹੀ ਫਸਿਆ ਰਹਿੰਦਾ। ਤਾਂ ਭਾਰੀ ਮੀਂਹ ਤੋਂ ਬਾਅਦ ਗੁਜਰਾਤ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਨੇ। ਆ ਦੇਖੋ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਕਿਵੇਂ ਇਹ ਟਰੱਕ ਫਸ ਜਾਂਦਾ। ਤਾਂ ਦੱਸ ਦਈਏ ਕਿ ਭਾਰੀ ਮੀਂਹ ਤੋਂ ਬਾਅਦ ਇਹ ਤਬਾਹੀ ਦਾ ਮੰਜ਼ਰ ਆਇਆ ਜਿਸ ਦੇ ਵਿੱਚ ਇਹ ਟਰੱਕ ਫਸ ਜਾਂਦਾ ਹੈ। ਤਾਂ ਟਰੱਕ ਦੇ ਚਾਲਕ ਦਾ ਕੋਈ ਵੀ ਪਤਾ ਨਹੀਂ ਲੱਗਿਆ। ਤਾਂ ਕਾਫੀ ਸਮੇਂ ਤੋਂ ਇਹ ਟਰੱਕ ਹੈ ਜਿਹੜਾ ਪਾਣੀ ਦੇ ਵਿੱਚ ਹੀ ਫਸਿਆ ਰਹਿੰਦਾ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਾਰੀ ਮੀਂਹ ਤੋਂ ਬਾਅਦ ਇਹ ਪਾਣੀ ਖੜ ਜਾਂਦਾ ਹੈ ਤੇ ਸੜਕ ਬਿਲਕੁਲ ਦਰਿਆ ਬਣ ਜਾਂਦੀ ਹੈ। ਤਾਂ ਸੜਕ ਦੇ ਵਿੱਚ ਇਹ ਟਰੱਕ ਕਾਫੀ ਸਮੇਂ ਤੱਕ ਫਸਿਆ ਰਹਿੰਦਾ, ਜਿਸ ਦੀ ਕਿ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਗੁਜਰਾਤ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਭਾਰੀ ਮੀਂਹ ਤੋਂ ਬਾਅਦ ਲਗਾਤਾਰ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ, ਜਿਸ ਤੋਂ ਬਾਅਦ ਤਬਾਹੀ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਤਾਂ ਇਸੇ ਦੌਰਾਨ ਇਹ ਟਰੱਕ ਵੀ ਸੀ ਜਿਹੜਾ ਪਾਣੀ ਦੇ ਵਿੱਚ ਫਸ ਜਾਂਦਾ, ਜੋ ਕਿ ਕਾਫੀ ਸਮੇਂ ਤੱਕ ਉੱਥੇ ਹੀ ਖੜਿਆ ਰਹਿੰਦਾ। ਤਾਂ ਹਾਲੇ ਤੱਕ ਇਸਦੇ ਚਾਲਕ ਦਾ ਵੀ ਨਹੀਂ ਪਤਾ ਲੱਗ ਸਕਿਆ। ਤਾਂ ਦੱਸ ਦਈਏ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਇਸਦੇ ਵਿੱਚ ਜਾ ਕੇ ਵੀ ਟਰੱਕ ਨੂੰ ਨਹੀਂ ਕੱਢਿਆ ਜਾ ਸਕਿਆ। ਤਾਂ ਕਾਫੀ ਸਮੇਂ ਤੱਕ ਇਹ ਟਰੱਕ ਉੱਥੇ ਹੀ ਫਸਿਆ ਰਹਿੰਦਾ। ਤਾਂ ਭਾਰੀ ਮੀਂਹ ਤੋਂ ਬਾਅਦ ਗੁਜਰਾਤ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਨੇ।